ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਕਿੰਨੇ ਟਰੈਕਟਰ ਮੋਡੀਫਾਈ ਹੋਣ ਆਏ ਨੇ ਅੱਜ ਤੁਹਾਨੂੰ ਸਾਰਾ ਵਖਾਣਿਆ ਸਾਡੀ ਵਰਕਸ਼ਾਪ ਬਾਰੇ ਇਹ ਜੀ ਸੋਨਾਲੀ ਕਾ 750 ਇਹ ਪਾਵਰ ਸਟੀering ਹੋਣ ਆਇਆ ਹੈ ਅੱਗੇ ਆਜੋ ਜੀ ਫੋਰਡ 3600 ਇਹ ਵੀ ਓਵਰਾਲ ਮੋਡੀਫਾਈ ਹੋਣ ਆਇਆ ਹੈ ਪਿੱਛੇ ਆਈ ਸ਼ਰ ਟਰੈਕਟਰ ਦਾ ਵੀ ਇੰਜਣ ਪਿਆ ਹੈ ਉਹ ਵੀ ਓਵਰਾਲ ਕਰਨਾ ਹੈ ਆਪਾਂ ਮੋਡੀਫਾਈ ਆ ਵੇਖ ਸਕਦੇ ਹੋ ਜੀ ਇਕਾ ਫਾਰਮ ਡਰੈਕ ਲੋ ਸੋਨਾਲੀ ਕਾ ਖਲੋਤਾ ਜੀ ਇਹ ਵੀ ਮੋਡੀਫਾਈ ਹੋਣਾ ਹੈ ਸੋਨਾਲੀ ਕਾ ਅੱਗੇ ਆ ਜੋ ਜੀ ਅੱਗੇ ਵੇ ਫੋਰਡ 3600 ਇਹ ਵੀ ਓਵਰਾਲ ਹੋਣਾ ਹੈ ਮੋਡੀਫਾਈ ਇੰਜਨ ਖੋਲ ਛੱਡਿਆ ਇਹਦਾ ਵੀ ਛੇਤੀ ਕੰਮ ਨਿਭੜ ਜੇਗਾ ਇਹ ਜੀ ਸਟੈਂਡਰਡ 475 ਕਰ ਖੇਤਰ ਵਾਲੇ ਗੁਰਦੁਆਰੇ ਸਾਹਿਬ ਦਾ ਟਰੈਕਟਰ ਹੈ ਇਹ ਵੀ ਓਵਰਾਲ ਮੋਡੀਫਾਈ ਹੋਣਾ ਹੈ ਹੋਣਾ ਹੈ ਇਹ ਹੈ ਜੀ ਫੋਰਡ 3600 ਇਹ ਵੀ ਮੋਡੀਫਾਈ ਹੋਣਾ ਹੈ ਸੋਲਿਸ ਆਹ ਜੀ ਫੋਰਡ 3600 ਓਵਰਆਲ ਮੋਡੀਫਾਈ ਹੋਣਾ ਹੈ ਵੀ ਅੱਗੇ ਵਿਖਾਣੇ ਆ ਤੁਹਾਨੂੰ ਜੀ ਬਹੁਤ ਟਰੈਕਟਰ ਆਏ ਨੇ 37 38 ਟਰੈਕਟਰ ਆਏ ਨੇ ਆ ਜੀ ਮੈਸੀ ਇਹਦਾ ਵੀ ਕੰਮ ਹੋ ਗਿਆ ਥੋੜਾ ਜਿਹਾ ਰਹਿ ਗਿਆ ਇਹ ਵੀ ਮੋਡੀਫਾਈ ਹੋਣਾ ਹੈ ਇਹ ਆ ਜੀ ਫੋਰਡ 3600 ਇਹ ਵੀ ਸਾਰਾ ਮੋਡੀਫਾਈ ਕਰਨਾ ਹੈ ਆਪਾਂ ਫੋਰਡ 3600 ਆ ਜੀ ਮਿੰਦਰਾ ਇਹ ਵੀ ਓਵਰਆਲ ਹੀ ਮੋਡੀਫਾਈ ਹੋਣਾ ਹੈ ਵੀ ਇਹਦਾ ਵੀ ਕੰਮ ਹੋ ਗਿਆ ਥੋੜਾ ਬਤਾ ਹੀ ਰਹਿ ਗਿਆ ਇਹ ਵੀ ਆਉਣ ਜਿਵੇਂ ਜਿਵੇਂ ਕੰਮ ਹੁੰਦੇ ਜਾਂਦੇ ਨੇ ਉਹੇ ਉਹ ਅੱਗੇ ਦੀ ਅੱਗੇ ਲਾਈਨ 'ਚ ਲੱਗਦੇ ਜਾਂਦੇ ਨੇ ਇਹ ਨਿਊ ਹੋਲੈਂਡ ਖਲੋਤਾ ਇਹ ਵੀ ਹੋਣਾ ਹੈ ਕਾਫੋਰਡ 3600 ਇਹ ਵੀ ਓਵਰਆਲ ਕਰਨਾ ਹੈ ਇਹ ਫਾਰਮ ਡ੍ਰੈਕ ਖਲੋਤਾ ਇਹਨੂੰ ਵੀ ਓਵਰਆਲ ਮੋਡੀਫਾਈ ਕਰਨਾ ਹੈ ਕਾ ਨਿਊ ਹੋਲੈਂਡ ਖਲੋਤਾ ਜੇ ਇਹ ਵੀ ਮੋਡੀਫਾਈ ਹੋਣਾ ਹੈ ਸਾਰਾ ਅੱਗੇ ਆ ਜੋ ਜਿਹੜੇ ਮੇਰੇ ਵੀਰ ਵੀਡੀਓ ਵੇਂਦੇ ਨੇ ਚੰਗੀ ਨਹੀਂ ਲੱਗਦੀ ਇਹ ਸ਼ੇਅਰ ਜੇ ਰੂਜੇ ਚੰਗੀ ਲੱਗਦੀ ਹੈ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਵੀਰ ਕਮੈਂਡ ਕਰਕੇ ਨਾ ਪੁੱਛਿਆ ਕਰੋ ਇੱਥੇ ਇੱਕ ਵਾਰ ਆਣ ਕੇ ਵੇਖੋ ਤੁਸੀਂ ਵਰਕਸ਼ਾਪ ਤੇ ਆਣ ਕੇ ਵੇਖੋ ਕੋਈ ਪੈਸਾ ਨਹੀਂ ਲੱਗਦਾ ਆਣ ਕੇ ਤੁਸੀਂ ਇੱਥੇ ਵੇਖੋ ਆਪਣਾ ਰੇਟ ਪੁੱਛੋ ਜੋ ਮਰਜ਼ੀ ਪੁੱਛੋ ਕਿਉਂਕਿ ਇਹ ਇੰਨਾ ਭਾਜੀ ਫੋਨ ਤੇ ਵੇਲ ਕੋ ਨਹੀਂ ਹੁੰਦੀ ਤਾਂ ਕਰਕੇ ਫਿਰ ਕੰਮ ਵੀ ਵੇਖੋ ਤੁਹਾਡੇ ਸਾਹਮਣੇ ਇੰਨੇ ਟਰੈਕਟਰ ਸੰਭਾਲਨੇ ਬਹੁਤ ਓਕੇ ਨੇ ਜੀ ਇੱਕ ਆ ਬੈਲਾਰੂਸ ਟਰੈਕਟਰ ਆ ਜੇ ਖੇਤਰ ਦੇ ਕੋਲ ਚਾਂਸੇ ਪਿੰਡ ਦਾ ਇਹ ਵੀ ਓਵਰਾਲ ਕਰਾਣਾ ਮੇਰਾ ਵੀਰਾਂ ਨੇ ਆ ਜੋ ਅੰਦਰ ਚੱਲਦੇ ਆ ਜੀ ਆ ਵੇਖੋ ਸਾਰੇ ਮਿਸਤਰੀ ਰੱਡੇ ਲੱਗੇ ਨੇ ਕੰਮ ਧੰਦੇ ਇਹ ਮੇਰੇ ਵੀਰ ਮਿਸਤਰੀ ਇਥੇ ਬੰਪਰ ਵੀ ਤਿਆਰ ਕੀਤੇ ਜਾਂਦੇ ਨੇ ਜੇ ਹਰ ਇੱਕ ਤਰ੍ਹਾਂ ਦਾ ਬੰਪਰ ਵੀ ਤਿਆਰ ਹੁੰਦਾ ਜੋ ਮਰਜ਼ੀ ਲਵਾਓ ਟਰੈਕਟਰ ਤੇ ਮੋਡੀਫਾਈ ਓਵਰ ਆਲ ਹੀ ਮੋਡੀਫਾਈ ਇਥੇ ਹੁੰਦਾ ਹੈ ਟਰੈਕਟਰ ਉਹ ਖਲੋਤਾ ਜੀ ਮੈਸੀ ਓਵਰ ਆਲ ਹੋ ਗਿਆ ਹੈ ਮੋਡੀਫਾਈ ਤਕਰੀਬਨ ਥੋੜਾ ਹੀ ਕੰਮ ਰਹਿ ਗਿਆ ਇਹਦਾ ਵਾਇਰਿੰਗ ਵਾਲਾ ਰਹਿ ਗਿਆ ਉਹ ਅੱਜ ਹੋ ਜਾਣੀ ਹੈ ਤੇ ਅਲੋਏ ਵੀ ਲਾ ਗਏ ਨੇ ਉਹ ਵੀ ਫਿੱਟ ਕਰ ਦਨੇ ਨੇ ਆਪਾਂ ਤੁਹਾਨੂੰ ਛੇਤੀ ਹੋਈ ਨਵੀਂ ਦੀ ਵੀਡੀਓ ਵਿਖਾਵਾਂਗੇ ਇੱਕ ਪਿਆਰੇ ਇੰਜਨ ਫੋਰ 3600 ਦਾ ਇਹ ਵੀ ਕਾਰ ਛੱਡਿਆ ਇੰਜਨ ਥੋੜੇ ਹੀ ਰਹਿ ਗਿਆ ਕੰਮ ਇਹਦਾ ਵੀ ਏਕਾ ਨਿਊ ਹੋਲੈਂਡ ਖੋਤਾਈ ਦੇ ਉੱਚੇ ਪਾਇਦਨ ਕੀਤੇ ਨੇ ਇਹ ਵੀ ਪੁਰਾਣਾ ਮਾਡਲ ਹੈ ਇਹਦੇ ਉੱਚੇ ਪਾਇਦਨ ਕੀਤੇ ਨੇ ਇਹਨਾਂ ਦੀ ਡਿਮਾਂਡ ਸਿਕ ਉੱਚੇ ਪਾਇਦਨ ਕਰਨੇ ਨੇ ਇਹ ਕਾਰ ਛੱਡਿਆ ਹੈ ਤਕਰੀਬਨ ਇਹ ਵੀ ਹੋ ਗਿਆ ਆਜੋ ਅੰਦਰ ਚੱਲਨੇ ਆ ਅੰਦਰ ਪਾਵਰ ਸਟੀਅਰਿੰਗ ਕੀਤਾ ਹੈ ਪੇਂਟ ਬੂਥ 'ਚ 855 ਇਹ ਮੇਰੇ ਵੀਰਾਂ ਨੇ ਪਾਵਰ ਸਟੀਅਰਿੰਗ ਕਰਾਣਾ ਸੀ ਇਹ ਪਾਵਰ ਸਟੀਅਰਿੰਗ ਕਰਤਾ ਤੇ ਅੱਗੇ ਨਨਕਿਆ ਸੀਗੀ ਥੋੜਾ ਥੋੜਾ ਰੰਗ ਮਾਰਨਾ ਤੇ ਔਰੰਗ ਮਾਰ ਛੱਡਿਆ ਇਹ ਵੀਰਾਂ ਦੇ ਕਹਿਣ ਤੇ ਹੀ ਮਾਰਿਆ ਗਿਆ ਹੋਵੇਂ ਨਹੀਂ ਮਾਰਿਆ ਗਿਆ ਆ ਵੇਖੋ ਹਿੱਸਾ ਸਾਰਾ ਨਵਾਂ ਪਾਇਆ ਗਿਆ ਤੇ ਪੇਂਟ ਪੁੰਟ ਹੋ ਗਿਆ ਹੈ ਪਾਵਰ ਹੋ ਗਿਆ ਸਟੀਅਰਿੰਗ ਥੋੜਾ ਜਿਹਾ ਕੰਮ ਰਹਿ ਗਿਆ ਅੱਗੇ ਲਾ ਕੇ ਤੇ ਕਿਉਂਕਿ ਇਹਦਾ ਟੈਸਟ ਕਰ ਲਿਆ ਹੈ 我的。